ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣੇ ਯੂਟਿਊਬ ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1917। ਸੋ ਅੱਜ ਦੀ ਵੀਡੀਓ 'ਚ 5 ਬੇੜਾ ਦਿਖਾਵਾਂਗੇ, 3 ਗੱਭਣਾ ਅਤੇ 2 ਹੈਗੀਆਂ ਤਾਜ਼ੀਆਂ ਸੂਈਆਂ। ਮੈਂ ਸੇਲ ਆ, ਡਿਟੇਲ ਵੀਰ ਤੋਂ ਪੁੱਛਦੇ ਹਾਂ, ਆਓਗੇ ਕਰੀਏ ਗੱਲ। ਸਤਿ ਸ਼੍ਰੀ ਅਕਾਲ ਬਾਈ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਨਵਦੀਪ ਭਾਈ, ਪਿੰਡ ਵਾਲੀਆਂ, ਨੇੜੇ ਧਨੌਲਾ ਬਰਨਾਲਾ, ਜ਼ਿਲ੍ਹਾ ਆਪਾਂ ਨੂੰ ਸੰਗਰੂਰ ਪੈਂਦਾ। ਮੋਬਾਈਲ ਨੰਬਰ ਜੀ ਆਪਣਾ 8306039597। 8306039597। ਹਾਂਜੀ, ਅੱਜ ਦਿਖਾਵਾਂਗੇ 5 ਬੈੜਾ, 2 ਤਾਜ਼ੀਆਂ ਸੂਈਆਂ ਮੈਂ, 3 ਗੱਭਣਾ। ਹਾਂਜੀ, 3 ਗੱਭਣਾ ਨੇ, 2 ਤਾਜ਼ੀ ਸੂਈਆਂ। ਪਹਿਲਾ ਨੰਬਰ ਜਿਹੜੀ ਬੈੜ ਦੇਖੀ ਜਾਂਦੇ ਆਪਾਂ, ਇਹ ਹਫ਼ਤੇ ਦੀ ਕੱਚੀ ਹੈ ਜੀ। ਇਹ ਮਿਲਾ ਜਰਸੀ ਏਅਰਸੈਲ ਕਰੌਸ ਦੀ ਆ ਗਈ ਹੈ ਨਾ? ਜਰਸੀ ਦੀ ਏਅਰਸੈਲ ਕਰੌਸ ਹੈ ਜੀ, ਗਰਮੀ ਝੱਲਣ ਵਾਲੀ। ਸੂਆ ਕਿਹੜਾ ਸੂਦੀ ਹੈ ਜੀ? ਇਹ ਸੂਆ ਦੂਜਾ ਜੀ। ਕਹਿ ਕੇ ਦਿਨ ਲੈਂਦੀ ਆ ਜੀ? ਹਫ਼ਤਾ ਕਿਹਾ ਮਾਲਕਾਂ ਨੇ। ਕਿੰਨਾ ਕੁ ਦੁੱਧ ਪਾ ਦੂਗੀ ਜੀ? ਦੁੱਧ ਨੇ ਚੰਗਾ ਦਿੱਤਾ, ਮਾਲਕਾਂ ਨੇ ਆਪਾਂ ਨੂੰ ਦੱਸਿਆ ਗਾ ਵੀ 18 ਲੀਟਰ ਦੁੱਧ ਹੋ ਜਾਏਗਾ ਜੀ। ਦੁੱਧ 20 ਲੀਟਰ ਦੇ ਦਿੱਤੀ, ਚੰਗੀ ਸੇਵਾ। ਰੇਟ ਵਗੈਰਾ ਕੀ ਹੋਊਗਾ? ਰੇਟ ਆਪਾਂ ਫੋਨ 'ਤੇ ਕਰਾਂਗੇ, ਰੇਟ ਜਾਇਜ਼ ਹੀ ਕਰਦੇ, ਧੋਰੀ ਬਾਹਰ ਮਿਲੋ। ਸਬਰ, ਪਹਿਲੇ ਨੰਬਰ 'ਤੇ ਜਰਸੀ ਏਅਰਸੈਲ ਦਾ ਕਰੌਸ ਦਿਖਾਉਂਦੇ ਪਏ ਹਾਂ, ਦੂਜਾ ਸੂਆ ਸੂੰਦੀ ਪਈ ਆ ਅਤੇ ਬੇਲ ਬੁਲ ਬਹੁਤ ਆ, ਚੰਗੀ ਜਿੰਦ ਜਾਣ ਅਤੇ ਸਾਇਜ਼ ਜ਼ਰੂਰ ਮੀਡੀਅਮ ਇਹਦਾ। ਪਰ ਲੇਵਾ ਦੇਖੋ ਪੁੱਤਾਂ ਦੀ ਕਿਆ ਬਾਤਾਂ, ਐ ਮਗਰ ਸੂ ਤਾਂ ਕਰਾਉਂਦੀ ਤੁਰੀ ਜਾਂਦੀ ਆ। ਹਜੇ ਹਫ਼ਤੇ ਦੀ ਕੱਚੀ ਆ, ਹਫ਼ਤੇ ਨੂੰ ਸਿੱਬੀਓ ਸੱਪ ਬਣ ਜੂਗੇ ਖਾ ਕੇ ਮਾਲ ਪਰਾਇਆ, ਅਤੇ ਜਿੰਦ ਜਾਣ ਰਾਜੀ ਸੰਮੀ ਵਾਲੀ ਵੀ ਔਖਿਆ ਬੁਰੀ ਸਾਫ਼ ਆ ਜਿੰਨੀ ਹੈਗੀ ਹੈਗੀ, ਅਤੇ ਦੁੱਧ ਵੀ ਆਪਾਂ ਇਹਦਾ ਬਾਡੀ ਬਾਂਤਰ ਦੇਖ ਕੇ ਸਰੀਰ। ਸਬਰੋ, ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ, ਸੋਹਣਾ ਸਾਫ਼ ਸੁਥਰਾ ਲੇਵਾ, ਅਤੇ ਰੇਟ ਇਹਦਾ ਫੋਨ 'ਤੇ ਹੋਊਗਾ, ਜਾਇਜ਼ ਰੇਟ ਹੋਊ ਬਿਲਕੁਲ, ਅਤੇ ਕੱਦ ਕਾਠ ਚੰਗਾ, ਅਤੇ ਰਾਜੀ ਸੰਮੀ ਵਾਲੀ ਜਰਸੀ ਵੀ ਵਿੱਚ ਐਰ ਸੈਰਾ, ਦੋਨੇ ਬਾਂਤਾਂ ਮੇਲ ਆ ਇਹਦੇ ਵਿੱਚ, ਅਤੇ ਲੇਵੇ ਦੇ ਜਗਾੜ ਲਾ ਦੂ। ਲੇਵਾ ਪੂਰਾ ਸਾਫ਼ ਸੁਥਰਾ ਸੂਆ, ਲੇਵਾ ਦੇਖੋ ਨੇੜੇ ਤੋਂ, ਪੂਰਾ ਸਾਫ਼ ਸੁਥਰਾ ਸੋਹਣਾ ਲੇਵਾ, ਸਾਇਜ਼ ਮੀਡੀਅਮ ਆ, ਦੂਜਾ ਸੂਆ ਸੁੰਦੀ ਵੀ ਹੈ, ਜਿੰਦ ਜਾਣ ਰਾਜੀ ਸੰਮੀ ਪਲੀ ਵੀ ਬਹੁਤ ਆ। ਅੱਗੇ 2 ਨੰਬਰ ਦੀ ਗੱਲ ਕਰੀਏ ਆਪਾਂ, ਠੀਕ ਆ, ਠੰਡੀ ਆ ਹੈ ਨਾ? 2 ਨੰਬਰ ਬਾਰੇ ਇਹਦਾ ਕੀ ਸਿਸਟਮ ਆ ਜੀ? ਪਹਿਲਾ ਸੂਆ ਸੁੰਦੀ ਹੈ ਨਾ? ਕਿਹ ਦਿਨ ਲੈਂਦੀ ਹੈ? ਅਤੇ ਨੈੱਟ ਰਹਿ ਗਿਆ ਟਾਈਮ ਕਿੰਨਾ? ਹਫ਼ਤਾ ਬਾਕੀ ਇਹਦਾ? ਕਿੰਨਾ ਕੁ ਦੁੱਧ ਮੰਨ ਕੇ ਲਵੇ ਬੰਦਾ ਇਹਨੂੰ? ਕਿੰਨਾ ਦੁੱਧ ਮੰਨ ਕੇ ਚੱਲੇ ਬੰਦਾ? ਧੋਰੀ ਬਾਹਰ ਨੂੰ ਧੋਰੀ ਬਾਹਰ ਨੂੰ। ਸੋ ਦੂਜੇ ਨੰਬਰ ਜਿਹੜੀ ਬੱਚੀ ਦੇਖੀ ਜਾਂਦੇ ਹਾਂ, ਅੰਗਰੇਜ਼ਾਂ ਵਰਗੀ ਸਾਫ਼ ਸੁਥਰੀ ਹੈ, ਪਹਿਲਾ ਸੂਆ ਪਲੂਣ ਸੁਣਦੀ ਪਈ ਆ, ਅਤੇ ਜਿੰਦ ਜਾਣ ਵਧੀਆ, ਰਾਜੀ ਸੰਮੀ ਵਾਲੀ ਵੀ ਓਕੇ ਆ। ਸੋ ਦੇਖੋ ਮੂੰਹ ਮੱਤਾ, ਪ੍ਰਿੰਟ ਪੁੰਟ ਬੱਚੀ ਦੇ ਬਹੁਤ ਜ਼ਿਆਦਾ ਚੰਗੇ ਆ, ਅਤੇ ਪੂਰੀ ਮੂੰਹ ਮੱਥੇ ਲੱਗਦੀ ਜਿੰਦ ਜਾਣ ਵਾਲੀ ਸਾਫ਼ ਸੁਥਰੀ। ਸੋ ਚਾਰੇ ਪਾਸੇ ਦੇਖੀਏ, ਗੋਲ ਮਟੋਲ ਪਈ ਆ ਜਮਾਂ, ਪੂਰੀ ਓਕੇ ਜਮਾਂ। ਸੋ ਦੇਖੋ, ਇੱਕ ਹਫ਼ਤਾ ਸੂਣ ਦੇ ਵਿੱਚ ਇਹਦਾ ਪੈਂਡਿੰਗ ਪਿਆ ਹੈਗਾ, ਅਤੇ ਰਾਜੀ ਸੰਮੀ ਵਾਲੀ ਵੀ ਬਹੁਤ ਜ਼ਿਆਦਾ ਆ। ਸੋ ਦੇਖੋ ਫੇਸ ਕੁਆਲਿਟੀ ਵਗੈਰਾ, ਪੂਰੀ ਸਾਫ਼ ਸੁਥਰੀ, ਕਿਸੇ ਪਾਸੇ ਹੱਥ ਤਰ੍ਹਾਂ ਨਹੀਂ, ਸਾਇਜ਼ ਜ਼ਰੂਰ ਮੀਡੀਅਮ ਆ ਗਿਆ, ਪਰ ਜਿੰਨੀ ਹੈਗੀ ਹੈਗੀ ਬੈਡ ਪੂਰੀ ਸਾਫ਼ ਆ ਜਮਾਂ, ਪਹਿਲਾ ਸੂਆ ਬਲੂਣ ਸੁਣ, ਠੀਕ ਹੈ, ਪੂਰਾ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਹੈ ਨਾ? ਹਾਂ ਜੀ, ਹੱਥੀ ਚਵਾਈ ਵਾਲਾ, ਜਿਵੇਂ ਮਰਜ਼ੀ ਮਸ਼ੀਨ 'ਤੇ ਵੀ ਲਾ ਸਕਦੇ ਹੋ, ਹੱਥੀ ਵੀ ਚੋ, ਠੀਕ ਹੈ। ਅੱਗੇ 3 ਨੰਬਰ ਦੇਖੀ ਰਹੇ, ਬਹੁਤ ਜ਼ਰੂਰੀ ਨੇ ਖੁੱਲ੍ਹਣਾ ਹੁੰਦਾ, ਠੀਕ ਹੈ। ਅੱਗੇ 3 ਨੰਬਰ ਦੇਖੀ ਰਹੇ ਜਿਹੜੀ ਆਪਾਂ, ਇਹ ਵੀ ਦੂਜਾ ਸੂਆ, ਦੂਜਾ ਸੂਆ, ਇਹ ਕਿਹ ਦਿਨ ਲੈਂਦੀ ਆ? ਇਹ ਵੀ ਹਫ਼ਤਾ ਰਹਿ ਗਿਆ ਜੀ, ਇੱਕ ਹਫ਼ਤਾ ਸੂਣ 'ਚ ਬਾਕੀ ਰਹਿ ਗਿਆ ਇਹਦਾ ਹੈ ਨਾ? ਹਾਂ ਜੀ, ਪੂਰੀ ਫੁੱਲ ਹੈ। ਅਤੇ ਕਿੰਨਾ ਕੁ ਦੁੱਧ ਪਾ ਦੂਗੀ ਵੀਰੇ? ਇਹ ਵੀ ਇੰਨੇ ਕੁ ਦੁੱਧ ਵਾਲੀ ਹੈ ਜਿੰਨੀ ਕਹੇ ਨੇ ਜੀ, ਮੰਨ ਕੇ ਜਿਹੜੇ 18-20 ਐਵਰੇਜ ਹੈਗੀ ਆ, ਬਾਕੀ ਦਾ ਝੋਲਾ ਦੇਖੋ ਵਧੀਆ ਹੈਗਾ, ਠੀਕ ਹੈ। ਸੋ ਥਣਾ ਜੀ ਦੇਖੋ ਸਾਫ਼ ਸੁਥਰੀ ਆ, ਹੱਥੀ ਚਵਾਈ ਵਾਲਾ ਥਣਾ, ਬਾਕੀ ਨੇ ਤਿਆਰ ਹੁੰਦਾ, ਧੋਰੀ ਬਾਹਰ ਨੂੰ ਕਾਲੇ ਰੰਗ ਦੇ ਵਿੱਚ ਆ ਗਈ ਜਿਵੇਂ ਦੁੱਧ ਜਿੰਨਾ ਪਊ, ਫੈਟ ਕਰੌਸ ਬੈੜ ਆ ਗਈ, ਫੈਟ ਵਾਲਾ ਦੁੱਧ ਪਾਉਣਾ ਇਹਨੇ। ਸੋ ਦੇਖੋ ਸਮੀ ਪਲੀ ਵੀ ਬਹੁਤ ਜ਼ਿਆਦਾ, ਰਾਜੀ ਰੂਜੀ ਓਕੇ ਆ, ਅਤੇ ਹਫ਼ਤਾ ਸੂਨ ਦੇ ਵਿੱਚ ਲੈਂਦੀ ਪਈ ਆ ਹਜੇ ਹੈ ਨਾ? ਸੋ ਬੈੜ ਦੇਖੋ, ਤੀਜੇ ਨੰਬਰ ਜਿੰਨੀ ਹੈਗੀ ਆ ਪੂਰੀ ਸਾਫ਼ ਆ ਜਮਾਂ,
ਮੂੰਹ ਮੱਥਾ ਪੂਰਾ ਚੰਗਾ, ਰਾਜੀ ਸਮੀ ਪੜੀ ਵੀ, ਅਤੇ ਦੁੱਧ ਜਿੰਨਾ ਪਾਊਗੀ ਫੈਟ ਵਾਲਾ ਪਾਊ, 18-20 ਲੀਟਰ ਦੀ ਐਵਰੇਜ ਜਿਹੜੇ ਆਰਾਮ ਨਾਲ ਦੇ ਦੇਣੀ ਹੈ। ਸੋ ਦੇਖੋ ਤੂਰਾ ਵਗੈਰਾ ਪੂਰੀ ਚਾਪੜ ਵਰਗੀ ਬੈਠ ਪਈ ਹੈ ਜਮਾਂ। ਸੋ ਵੀਰੋ ਲੇਵਾ ਵਗੈਰਾ ਇੱਕ ਵਾਰ ਨੇੜੇ ਤੋਂ ਫਿਰ ਦੇਖ ਸਕਦੇ ਹੋ, ਜਿੰਨੀ ਹੈਗੀ ਬੈਡ ਸਾਫ਼ ਆ, ਤੀਜੇ ਨੰਬਰ 'ਤੇ ਕਰੋਸ ਬੈਡ ਆ, ਅਤੇ ਨਜ਼ਾਰੇ ਲਿਆ ਦੇਣਾ ਦੁੱਧ ਵਾਲੇ ਜਮਾਂ ਇਹਨੇ, ਨਾ ਇਹ ਗਰਮੀ ਮੰਨੇ ਨਾ ਇਹ ਸੇਕੇ, ਅਤੇ ਸੀਲ ਠੰਡੀ ਆ ਪੂਰੀ ਓਕੇ ਆ, ਕਿਸੇ ਪਾਸੇ ਹੱਥ ਧਰਾਣੀ ਜਮਾਂ। ਸੋ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ, ਬਾਕੀ ਮੇਨ ਗੱਲ ਸਾਰੇ ਠੰਡੀਆਂ ਹੀ ਆ, ਹੈ ਨਾ। ਠੀਕ ਹੈ, ਅੱਗੇ 4 ਨੰਬਰ ਆਪਾਂ ਜਿਹੜੀ ਦੇਖੀਏ ਨਾ, ਤਾਜ਼ੀ ਸਵੀਰ ਦੀ, ਬੱਚਾ ਕੀ ਜਦੇ ਬੱਚਾ ਮਗਰ ਆ ਗਿਆ, ਅਤੇ ਜੇਰ ਜੂਰ ਓਕੇ ਆ, ਠੀਕ ਹੈ, ਸੂਆ ਸੂਈ ਹੈ ਇਹ। ਦੁੱਧ ਕਿੰਨਾ ਕੁ ਪਾਚ ਹੋਇਆ ਸਵੇਰੇ ਦਾ ਦੁੱਧ? ਠੀਕ ਹੈ, ਚੋਣ ਚਵਾ ਦੀ ਇੱਕ ਨੰਬਰ ਆ। ਸੁਬਰ ਧਾਰਾ ਦੇਖ ਸਕਦੇ ਹੋ, ਚੋਣ ਚਵਾ ਪੂਰਾ ਵਧੀਆ ਇੱਕ ਨੰਬਰ ਦਾ, ਧਾਰਾ ਵਗੈਰਾ ਪੂਰੀਆਂ ਓਕੇ ਹੈ ਨਾ, ਕੋਈ ਨੰਬਰ ਆਈ ਚਵਾਈ ਦਾ ਪੂਰੀ ਵਧੀਆ ਹੈਗੀ, ਬਾਕੀ ਜੇ ਰਥਣਾ ਦੀ ਗਰੰਟੀ ਹੈ। ਠੀਕ ਹੈ, ਧੋਰੀ ਵਾਰਨ ਸੁਬਰ ਤੋਰਾ ਵਗੈਰਾ ਬੱਚੇ ਦੇਖ ਸਕਦੇ ਹੋ, ਪਹਿਲਾ ਸੂਆ ਪਲੂਣ ਸੂਈ ਹੈ, ਅਤੇ ਲੇਵਾ ਪੂਰਾ ਸਾਫ਼ ਸੁਥਰਾ ਚੰਗੇ ਨੰਗੇ ਲੇਵੇ ਦੀ ਆ। ਸੋ ਦੇਖੋ ਜਰਸੀ 'ਚ ਆ ਗਈ ਹੋਈ, ਠੀਕ ਹੈ। ਸੋ ਥੋੜ੍ਹਾ ਕ੍ਰੋਸ ਬਣ ਪੈਂਦਾ ਹੈ ਨਾ, ਥੋੜ੍ਹਾ ਬੱਚੇ ਦਾ ਜ਼ਿਆਦਾ ਕਰਦੀ ਹੈ, ਮੈਂ ਚੱਲ ਬਣ ਲਾ। ਸੋ ਲੇਵਾ ਵਗੈਰਾ ਨੇੜੇ ਤੋਂ ਦੇਖ ਸਕਦੇ ਹੋ, ਸੋਹਣਾ ਸਾਫ਼ ਸੁਥਰਾ ਭਾਰਾ ਹਵਾਨਾ ਬੱਚਾ ਮੇਲ ਕਾਫਾ, ਧਾਰਾ ਵੀ ਇੰਨੇ ਮਾਰ ਕੇ ਦਿਖਾਤੀਆਂ, ਰੇਟ ਇਹਦਾ ਫੋਨ 'ਤੇ ਹੋਊਗਾ। ਸੋ ਲੇਵਾ ਦੇਖੋ ਕਿ ਬਾਕੀ ਅੱਗੇ ਪਿੱਛੇ ਲੇਵਾ ਪੂਰਾ ਸੋਹਣਾ ਫਿਟਿੰਗ ਵਾਲਾ ਹੈ ਨਾ, ਜਿੰਨੀ ਹੈਗੀ ਆ ਸਾਫ਼ ਸੁਥਰੀ ਆ, ਜੇਰ ਵਗੈਰਾ ਜਮ੍ਹਾਂ ਡਾਨਾ ਹੈ ਨਾ, ਕਰੋਸ ਆ ਗਈ ਹੈ ਨਾ, ਠੀਕ ਹੈ, ਠੰਡੀ ਸੀਲ ਆ, ਠੀਕ ਹੈ ਠੀਕ ਹੈ। ਅਤੇ ਅੱਗੇ ਆਪਾਂ ਦੇਖੀਏ ਨਾ, ਪੰਜਵੇਂ ਨੰਬਰ 'ਤੇ ਬੈਠ ਖੜੀ, ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ, ਅਤੇ ਨਾੜੂ ਦਾ ਬੱਚੇ ਦਾ ਨਾਲ ਆ ਹੈ ਨਾ, ਅਤੇ ਦੁੱਧ ਕਿੰਨਾ ਕੁ ਹਾਜ਼ਰ ਆ ਹੁਣ, ਮੰਨ ਕੇ ਜਿਹੜੇ 16 ਲੀਟਰ ਹਾਜ਼ਰ ਆ, ਜੇਰ ਵਗੈਰਾ ਓਕੇ ਆ, ਧਾਰਾਂ ਧੂਰਾ ਇੱਕ ਨੰਬਰ, ਠੀਕ ਹੈ, ਧਾਰਾਂ ਵਾਲਾ ਜਿੱਦਾਂ ਮਰਜ਼ੀ ਬਹਿ ਜਾਓ ਹੈ ਨਾ, ਕੋਈ ਬੱਚਾ ਲਾਉਣ ਦੀ ਲੋੜ ਨਹੀਂ, ਕੋਈ ਹੋਰ ਨਹੀਂ, ਤੀਜਾ ਕੁ ਦਿਨ ਹੋ ਗਿਆ ਸੂਈ ਨੂੰ, ਅਤੇ ਮਾਰੀ ਧਾਰਾ ਇਹਨੇ। ਸੋ ਧਾਰਾ ਦੇਖੋ ਪੂਰਾ ਚੋਣ ਚਵਾ ਮੋਟਾ, ਜੀ ਜਰਗਾ ਚੋਣਾ ਜਮਾਂ ਹੈ ਨਾ, ਮਗਰ ਥੋੜ੍ਹਾ ਜੀ ਮਾਰੀ ਧਾਰਾ, ਚੋਣ ਚਵਾ ਜੀ ਇੱਕ ਨੰਬਰ ਆ, 15 ਲੀਟਰ ਦੁੱਧ ਮੰਨ ਕੇ ਬੰਦਾ ਆ ਜਾਏ ਹੁਣ ਹਾਜ਼ਰ ਆ, ਠੀਕ ਹੈ, ਧੋਰੀ ਬਾਹਰ ਨੂੰ। ਸੁਬਰੋ ਕੱਦ ਕਾਠ ਵਗੈਰਾ ਦੇਖੋ, ਬੈਠਦਾ ਚੰਗਾ, ਸੂਈ ਸਵਾਈ ਆ, ਅਤੇ ਦੁੱਧ 15-16 ਲੀਟਰ ਬੋਲਾ ਹਾਜ਼ਰ ਆ, ਤੀਜਾ ਦਿਨ ਹੋ ਗਿਆ ਸੂਈ ਨੂੰ, ਅਤੇ ਜੇਰ ਜੂਰ ਵੀਰੇ ਜਮਾਂ ਡਾਨਾ ਹੈ ਨਾ। ਸੋ ਮਿਲ ਕੇ ਫੇਰ ਦੇਖੋ ਕਿਆ ਬਾਤ ਆ, ਮੋਟੀ ਜਾਂਦੇ ਰੱਸਾ ਪੈ ਵਰਗੀ, ਅਤੇ ਦੇਖੋ ਜਮਾਂ ਥਣ ਡੇ ਵੀ ਸਾਫ਼ ਸੁਥਰੀ ਹੈ ਨਾ, ਲੈ ਚੱਲ ਬਣਦੇ ਨੂੰ। ਸੋ ਥਣਾਂ ਦੀ ਵਿੱਚੀ ਦੇਖੋ ਪੂਰੀ ਸਾਫ਼ ਸੁਥਰੀ, ਜਿੰਦ ਜਾਣ, ਠੀਕ ਹੈ, ਏ ਬੀ ਐਸ ਦੇ ਇਹਦੀ। ਸੋ ਦੇਖੋ ਰਾਜੀ ਸਮੀ ਪੜੀ ਵੀ, ਸੂਈ ਸਵਾਈ ਆ, ਅਤੇ ਰੇਟ ਸਾਰਿਆਂ ਦੇ ਹੋਣਗੇ ਵੀਡੀਓ ਆਪਣੇ ਫੋਨ 'ਤੇ, ਕਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਆ ਕਾਲ ਕਰਕੇ ਸੀਰੀਅਲ ਵਾਈਜ਼ ਤੁਸੀਂ ਪੁੱਛ ਸਕਦੇ ਹੋ। ਪਿੰਡ ਕੱਟੂ ਬਾਲੀਆਂ ਪਿੰਡ ਆ ਗਿਆ, ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈਗਾ, ਧਰੌਣਾ ਨਜ਼ਦੀਕ ਪਏਗਾ, ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ।